कामयाबी मिली है। जंडियाला थाना अधीन पैंदे पिंड देवीदासपुरा विखे रेलवे ट्रैक दे कोल बडाला जौल ट्रेन दे कोल पुलिस ते गैंगस्टरां विचकार मुकाबला होया, जिस विच दोनों पासियां तों क्रॉस फायरिंग भी हुई। पुलिस दा कहना है कि यह दोवें पहलां जंडियाला विखे नाकाबंदी तोड़ के फरार हो गए सन। पुलिस वल्लों पिछा करन ते दोवां पासियां तों गोलीबारी होण ते इन्हां नूं काबू कर लिया गया। पुलिस पार्टी वल्लों करीब अद्धा किलोमीटर तक इन्हां दा पिछा कीता गया। मुलजमां दी पछाण गुरभेज सिंह उर्फ बाबा अते शमशेर सिंह उर्फ करना दोवें वासी तरनतारन वजों हुई है, जिन्हां कोलों 2 किलो हैरोइन अते 30 बोर दा पिस्तौल बरामद होया है। गुरभेज सिंह खिलाफ 3 कतल दे केस दर्ज हन। अमृतसर तों कवलजीत सिंह दी खास रिपोर्ट, डेली न्यूज़ पंजाबी। ਵੱਡੀ ਕਾਮਯਾਬੀ ਮਿਲੀ ਜਦੋਂ ਸਾਡੀ ਇੱਕ ਪੁਲਿਸ ਪਾਰਟੀ ਜਿਹੜੀ ਸੀਗੀ, ਸਾਡੇ ਸਪੈਸ਼ਲ ਸੈੱਲ ਦੀ ਟੀਮ ਨੇ ਭੈੜੇ ਪੁਰਸ਼ਾਂ ਦੀ ਤਲਾਸ਼ ਵਿੱਚ ਜਿਹੜੀ ਨਾਕਾਬੰਦੀ ਕੀਤੀ ਹੋਈ ਸੀਗੀ ਜੰਡਿਆਲਾ ਗੁਰੂ ਦੇ ਲਾਗੇ, ਜਿੱਥੋਂ ਇੱਕ ਮੋਟਰਸਾਈਕਲ ਆਇਆ ਜਿਸ ਦੇ ਉੱਪਰ 2 ਨੌਜਵਾਨ ਸਵਾਰ ਸੀਗੇ ਜਿਨ੍ਹਾਂ ਨੇ ਆਪਣੇ ਮੂੰਹ ਲਵੇਟੇ ਹੋਏ ਸੀਗੇ। ਉਹਨਾਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਅਤੇ ਉੱਥੋਂ ਆਪਣਾ ਮੋਟਰਸਾਈਕਲ ਭਜਾ ਕੇ ਸਿੱਧਾ ਦੇਵੀਦਾਸਪੁਰੇ ਵਾਲੀ ਰੋਡ ਦੇ ਉੱਤੇ ਪੈ ਗਏ, ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਚੇਜ਼ ਕੀਤਾ। ਸਪੈਸ਼ਲ ਸੈੱਲ ਦੀ ਟੀਮ ਨੇ ਜਿਹੜਾ ਵਾ ਉਹਨਾਂ ਨੂੰ ਜਦੋਂ ਚੇਜ਼ ਕੀਤਾ ਅਤੇ ਨਾਲ ਹੀ ਕੰਟਰੋਲ ਰੂਮ ਦੇ ਜ਼ਰੀਏ ਸਾਰੇ ਆਫੀਸਰਸ ਨੂੰ ਅਤੇ ਬਾਕੀ ਆਫੀਸਰਸ ਨੂੰ ਜਿਹੜਾ ਉਹ ਅਲਰਟ ਕੀਤਾ ਗਿਆ, ਜਿਹਦੇ ਵਿੱਚ ਸਾਡੀ ਟੀਮ ਨੇ ਉਹਨੂੰ ਚੇਜ਼ ਕਰਦੇ ਹੋਏ ਫੋਲੋ ਅਪ ਕੀਤਾ ਉਹਨਾਂ ਦੇ ਫੁੱਟਪ੍ਰਿੰਟਸ ਦੇ ਉੱਪਰ। ਫਿਰ ਉਸ ਤੋਂ ਬਾਅਦ 'ਚ ਅੱਗੇ ਸਾਡੀ ਜਿਹੜੀ ਸੈਕਿੰਡ ਪਾਰਟੀ ਸੀਗੀ, ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਤਾਂ ਉਹਨਾਂ ਨੇ ਦੂਸਰੇ ਰਸਤੇ ਤੋਂ ਅੱਗੇ ਉਹਦੀ ਆਣ ਕੇ, ਜਿਹਦੇ ਵਿੱਚ ਸਾਡੇ ਇੰਸਪੈਕਟਰ ਇਸ਼ਪਾਲ ਸਿੰਘ ਜਿਹੜੇ ਕਿ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਲੱਗੇ ਹੋਏ ਨੇ, ਉਹਨਾਂ ਨੇ ਘੇਰਾ ਪਾਇਆ। ਜਿਹੜੀ ਪਿੱਛੇ ਚੇਜ਼ ਕਰ ਰਹੀ ਸੀ ਪੁਲਿਸ ਪਾਰਟੀ ਉਹਦੇ ਵਿੱਚ ਇੰਸਪੈਕਟਰ ਅਮਨਦੀਪ ਸਿੰਘ ਅਤੇ SI ਅਜੇਪਾਲ ਜਿਹੜੇ ਲੀਡ ਕਰ ਰਹੇ ਸੀਗੇ ਪਿਛਲੇ ਪਾਸੇ ਚੇਜ਼ ਕਰਦੇ ਹੋਏ। ਸੋ ਦੋਨਾਂ ਪਾਰਟੀਆਂ ਨੇ ਬਹੁਤ ਹੀ ਮੁਸ਼ਤੈਦੀ ਦੇ ਨਾਲ ਬਹੁਤ ਹੀ ਵਧੀਆ ਢੰਗ ਦੇ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ। ਬਟ ਜਦੋਂ ਇਸ ਨੂੰ ਗ੍ਰਿਫਤਾਰ ਕਰ ਰਹੇ ਸੀਗੇ ਉਸ ਵੇਲੇ ਜਦੋਂ ਚੇਜ਼ ਕਰਦੇ ਹੋਏ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਦੋਨਾਂ ਲੜਕਿਆਂ ਨੇ ਕਾਫੀ ਫਾਇਰ ਕੀਤੇ। ਲਗਭਗ 7 ਤੋਂ 8 ਰਾਊਂਡ ਇਹਨਾਂ ਨੇ ਫਾਇਰ ਕੀਤੇ ਪੁਲਿਸ ਪਾਰਟੀ ਦੇ ਉੱਤੇ। ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਵੀ ਫਾਇਰ ਕੀਤੇ ਗਏ, ਜਿਸ ਦੇ ਵਿੱਚ ਲਗਭਗ 12 ਤੋਂ 15 ਰਾਊਂਡ ਜਿਹੜੇ ਆ ਉਹ ਪੁਲਿਸ ਪਾਰਟੀ ਵੱਲੋਂ ਫਾਇਰ ਕੀਤੇ ਗਏ। ਇਹਨਾਂ ਵੱਲੋਂ ਜਿਹੜੀ ਫਾਇਰ ਕੀਤੇ ਗਏ ਸੀਗੇ ਉਹ 3 ਰਾਊਂਡ ਜਿਹੜੇ ਆ ਉਹ ਸਾਡੀ ਸਰਕਾਰੀ ਗੱਡੀ ਜਿਹੜੀ ਇੰਸਪੈਕਟਰ ਇਸ਼ਪਾਲ ਸਿੰਘ ਚਲਾ ਰਹੇ ਜਿਹਦੇ ਵਿੱਚ ਸੀਗੇ, ਜਿਹੜੀ ਉਹਨਾਂ ਦੀ ਪਾਰਟੀ ਚਲਾ ਰਹੀ ਸੀਗੀ, ਜਿਹੜੀ ਕਿ ਅੱਗਿਓਂ ਆਣ ਕੇ ਜਿਨ੍ਹਾਂ ਨੇ ਇਹਨਾਂ ਨੂੰ ਬਲੌਕ ਕੀਤਾ ਰਸਤਾ, ਉਹਦੇ ਵਿੱਚ ਇਹਨਾਂ ਨੇ ਡਾਇਰੈਕਟ ਸਿੱਧੀ ਫਾਇਰਿੰਗ ਕੀਤੀ। ਬਟ ਲੱਕੀਲੀ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਕਿ ਸਾਡੇ ਕਿਸੇ ਵੀ ਮੁਲਾਜ਼ਮ ਦੇ ਕਿਸੇ ਕਿਸਮ ਦੀ ਕੋਈ ਇੰਜਰੀ ਨਹੀਂ ਆਈ। ਸੋ ਫਾਈਨਲੀ ਇਹਨਾਂ ਨੂੰ ਜਿਹੜਾ ਦੋਨਾਂ ਨੂੰ ਇੱਥੇ ਰਾਊਂਡ ਅਪ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਕੋਲੋਂ ਫਿਲਹਾਲ ਜਿਹੜਾ ਹੈਗਾ 1 30 ਬੋਰ ਦਾ ਪਿਸਟਲ ਅਤੇ 5 ਜਿੰਦੇ ਰਾਊਂਡ, ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਹੈਰੋਇਨ ਬਰਾਮਦ ਹੋਈ। ਕਿੰਨਾ ਚਿਰ ਮੁਕਾਬਲਾ ਚੱਲੇ? ਇਹ ਲਗਭਗ ਜਿਹੜਾ ਪੂਰਾ ਪ੍ਰੋਸੈਸ ਹੈਗਾ ਆ ਨਾਕੇ ਤੋਂ ਲੈ ਕੇ ਇੱਥੇ ਤੱਕ ਚੇਜ਼ ਕਰਨ ਅਤੇ ਇਹਨਾਂ ਨੂੰ ਅੱਗਿਓਂ ਦੀ ਘੇਰਾ ਪਾਉਣ ਦੇ ਵਿੱਚ ਅਪਰੋਕਸੀਮੇਟ ਸਾਨੂੰ ਜਿਹੜੇ ਆ ਉਹ 35 ਮਿੰਟ ਦੇ ਕਰੀਬ ਜਿਹੜਾ ਕਰੀਬ ਤੱਕ ਕਿੰਨੀ ਵਾਰ ਪੜਿਆ ਗਿਆ ਉਹ ਤੇ ਪਹਿਲਾਂ ਵੀ ਕਤਲ ਦਾ ਮਾਮਲਾ ਜਿਹੜਾ ਵਾ ਹੈਗਾ। ਬਿਲਕੁਲ, ਇਹ ਜਿਹੜਾ ਮੁਲਜ਼ਮ ਹੈਗਾ ਆ ਇਹਦਾ ਨਾਮ ਗੁਰਭੇਜ ਏਲੀਅਸ ਬਾਬਾ ਇਹਨੂੰ ਕਿਹਾ ਜਾਂਦਾ ਹੈ, ਜਿਹੜਾ ਆਲਰੇਡੀ 3 ਕਤਲ ਦੇ ਮੁਕਦਮਿਆਂ ਦੇ ਵਿੱਚ ਵਾਂਟਡ ਹੈਗਾ ਸੀਗਾ। ਕਾਫੀ ਜਿਹੜਾ ਹੈ ਖੁੰਖਾਰ ਕਿਸਮ ਦਾ ਕ੍ਰਿਮੀਨਲ ਹੈਗਾ ਆ, ਕਿਉਂਕਿ ਇਹਨੇ ਪਹਿਲਾਂ 3 ਕਤਲ ਕੀਤੇ ਹੋਏ ਆ। 2 ਜੰਡਿਆਲੇ ਦੇ ਵਿੱਚ ਕੀਤੇ ਹੋਏ ਸੀਗੇ, 1 ਕਤਲ ਇਹਨੇ ਜਿਹੜਾ ਉਹ ਤਰਨ ਤਾਰਨ ਦੇ ਏਰੀਏ ਦੇ ਵਿੱਚ ਇੱਕ NRI ਬਾਹਰੋਂ ਆਇਆ ਸੀ ਉਸਦਾ ਕੀਤਾ ਸੀ। ਕਿੱਥੋਂ ਦੇ ਵਸਨੀਕ ਹੈ? ਇਹ ਬਿਲਕੁਲ ਇੱਥੋਂ ਤਰਨ ਤਾਰਨ ਦੇ ਵਿੱਚ ਇੱਕ ਜਿਹੜਾ ਗੁਰਭੇਜ ਹੈ। ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਹੈਰੋਇਨ ਬਰਾਮਦ ਹੋਈ। ਕਿੰਨਾ ਚਿਰ ਮੁਕਾਬਲਾ ਚੱਲੇ? ਇਹ ਲਗਭਗ ਜਿਹੜਾ ਪੂਰਾ ਪ੍ਰੋਸੈਸ ਹੈਗਾ ਆ ਨਾਕੇ ਤੋਂ ਲੈ ਕੇ ਇੱਥੇ ਤੱਕ ਚੇਜ਼ ਕਰਨ ਅਤੇ ਇਹਨਾਂ ਨੂੰ ਅੱਗਿਓਂ ਦੀ ਘੇਰਾ ਪਾਉਣ ਦੇ ਵਿੱਚ ਅਪਰੋਕਸੀਮੇਟ ਸਾਨੂੰ ਜਿਹੜੇ ਆ ਉਹ 35 ਮਿੰਟ ਦੇ ਕਰੀਬ ਜਿਹੜਾ ਕਰੀਬ ਤੱਕ ਕੀਤਾ। ਕਿੰਨੀ ਵਾਰ ਪੜਿਆ ਗਿਆ ਉਹ ਤੇ ਪਹਿਲਾਂ ਵੀ ਕਤਲ ਦਾ ਮਾਮਲਾ ਜਿਹੜਾ ਵਾ ਹੈਗਾ? ਬਿਲਕੁਲ, ਇਹ ਜਿਹੜਾ ਮੁਲਜ਼ਮ ਹੈਗਾ ਆ ਇਹਦਾ ਨਾਮ ਗੁਰਭੇਜ ਏਲੀਅਸ ਬਾਬਾ ਇਹਨੂੰ ਕਿਹਾ ਜਾਂਦਾ ਹੈ, ਜਿਹੜਾ ਆਲਰੇਡੀ 3 ਕਤਲ ਦੇ ਮੁਕਦਮਿਆਂ ਦੇ ਵਿੱਚ ਵਾਂਟਡ ਹੈਗਾ ਸੀਗਾ। ਕਾਫੀ ਜਿਹੜਾ ਹੈ ਖੁੰਖਾਰ ਕਿਸਮ ਦਾ ਕ੍ਰਿਮੀਨਲ ਹੈਗਾ ਆ, ਕਿਉਂਕਿ ਇਹਨੇ ਪਹਿਲਾਂ 3 ਕਤਲ ਕੀਤੇ ਹੋਏ ਆ। 2 ਜੰਡਿਆਲੇ ਦੇ ਵਿੱਚ ਕੀਤੇ ਹੋਏ ਸੀਗੇ, 1 ਕਤਲ ਇਹਨੇ ਜਿਹੜਾ ਉਹ ਤਰਨ ਤਾਰਨ ਦੇ ਏਰੀਏ ਦੇ ਵਿੱਚ ਇੱਕ NRI ਬਾਹਰੋਂ ਆਇਆ ਸੀ ਉਸਦਾ ਕੀਤਾ ਸੀ। ਕਿੱਥੋਂ ਦੇ ਵਸਨੀਕ ਹੈ? ਇਹ ਬਿਲਕੁਲ ਇੱਥੋਂ ਤਰਨ ਤਾਰਨ ਦੇ ਵਿੱਚ ਇੱਕ ਜਿਹੜਾ ਗੁਰਭੇਜ ਹੈਗਾ ਆ, ਇਹ 47 ਪਿੰਡ ਹੈਗਾ ਆ ਤਰਨ ਤਾਰਨ ਦੇ ਵਿੱਚ, ਉੱਥੋਂ ਦਾ ਹੈਗਾ ਆ।
दूसरा ये जो है शमशेर सिंह एलियस करण पखो के पिंड का है वह भी तरन तारण एरिए का है। इन्होंने को हेरोइन बरामद हुई है? कितनी हुई? इन्होंने को जी बरामदगी हैगी लगभग कोई 2 किलो के करीब है। ये दोनों एक बाइक से जिन्होंने को काफ़ी वड्डा बाइक हैगा है और उस बाइक का कलर जो है वह ब्लैक वाइट तो संतरी कलर का करीब करीब बाइक है जो आए फिलहाल जी हूँ तक की छानबीन तो जिन्ना अजे तक पता लगा कि जग्गू भगवानपुरी के गैंग के बंदे है उन्होंने एसोसिएटेड है। बाकी जो पाठ है अगर जो तफ्तीश होगी तफ्तीश के जो काफ़ी सारे खुलासे होने की उम्मीद हैगी है उस तो अभी बिल्कुल क्लीयर करा कि इन्होंने होर जो एसोसिएट्स कौन है कि लिंक है। नहीं ये इंजरी लकीली परमात्मा का शुक्र है किसी की इंजरी नहीं हुई ना किसी मुलाजम की इंजरी हुई ना ही ये जो बदमाश बंदे से इन्हें इंजरी हुई।